ਮੈਂ ਥੋੜ੍ਹਾ ਜਿਹਾ ਲਾਈਟ ਵਾਲੇ ਪਾਸੇ ਨੂੰ ਹੋ ਜਾਣ, ਥੋੜ੍ਹਾ ਜਿਹਾ ਜਿਹੜਾ ਸਾਫ਼ ਆਜੂਗਾ ਅਤੇ ਆਪਾਂ ਇੱਥੋਂ ਕੱਟ ਦਾਂਗੇ ਹੈ ਨਾ ਇਹ ਚੀਜ਼। ਸਾਡੀ ਜਿਹੜੀ ਪਹਿਲੀ ਵੀਡੀਓ ਸੀਗੀ ਇਹਦੀ ਉਹ ਡਿਲੀਟ ਹੋ ਗਈ ਸੀ, ਸੋ ਉਹਦੇ ਕਰਕੇ ਵਲੋਗ ਲੇਟ ਹੋ ਗਿਆ। ਔਰ ਅੱਜ ਜੋ ਇਹਦੇ 'ਚ ਹੈਗਾ ਉਹ ਸਾਰਾ ਕੁਝ ਦਿਖਾਇਆ ਜਾਵੇ ਕਿ ਇਹਦੇ ਟਾਇਰ ਕਿੱਦਾਂ ਦੇ ਦੀ, ਸੀਟ ਕਿੱਦਾਂ ਦੀ ਆ, ਔਰ ਸੋ ਐਂਡ ਸੋ ਜੋ ਵੀ ਇਹਦੇ 'ਚ ਹੁੰਦਾ। ਇਟਸ ਨਾਈਸ ਟੂ ਰਾਈਡ ਅਤੇ ਇਹਦੇ ਵਿੱਚ ਆਪਣਾ 15 miles ਦੀ ਰੇਂਜ ਆ ਜਿੱਥੋਂ ਤੱਕ ਮੇਰਾ ਖਿਆਲ ਹੈ, ਜਿੱਥੋਂ ਤੱਕ ਮੈਂ ਚਲਾ ਕੇ ਦੇਖਿਆ ਆ। ਚਾਰਜ ਤਕਰੀਬਨ 4 ਘੰਟਿਆਂ ਦੇ ਵਿੱਚ ਚਾਰਜ ਅਤੇ ਰੈਡੀ ਆ ਜਿੰਦਗੀ ਆ, ਜਿਹਦੇ ਨਾਲ 20 miles ਦਾ ਡਿਸਟੈਂਸ ਕਵਰ ਕਰ ਸਕਦੇ ਹਾਂ। ਇਹਦੀ ਬਿਲਡ ਕੁਆਲਿਟੀ ਜੋ ਹੈ ਉਹ ਵਧੀਆ ਆ, ਔਰ ਇਹ 'ਚ ਕੁਛ ਵੀ ਸਸਤਾ ਸਮਾਨ ਲੱਗਾ ਨਹੀਂ ਲੱਗਦਾ, ਹੋ ਸਕਦਾ ਲੱਗਾ ਹੋਵੇ ਬਟ ਮੈਨੂੰ ਨਹੀਂ ਲੱਗਦਾ, ਸਿਵਾਏ ਇਸ ਇਹਦੇ ਇਗਨੀਸ਼ਨ ਕੀ ਐਨ ਆਲ ਦੈਟ ਸਟੱਫ ਤੋਂ, ਕਿਉਂਕਿ ਇਹ ਕਾਫੀ ਡਾਵਾਡੋਲ ਆ ਔਰ ਜੇ ਇਹਨੂੰ ਥੋੜ੍ਹਾ ਜਿਹਾ ਹੋਰ ਟਾਈਟ ਕਰੀਏ ਤਾਂ ਇਹ ਟੁੱਟ ਸਕਦਾ ਹੈ। ਇਹਦੇ ਵਿੱਚ ਤਕਰੀਬਨ ਆਈ ਥਿੰਕ ਮੈਂ ਜਿੰਨੇ ਵੀ ਜਾਣੇ ਆ ਲੱਗਿਆ ਆ ਜਿਹੜੇ ਬਾਈਸਾਈਕਲ ਚਲਾਉਂਦੇ ਉਹਨਾਂ ਦੇ ਰਿਐਕਸ਼ਨ ਦੇਖਣ ਹੀ ਵਾਲੇ ਸੀਗੇ। ਦੇਵਰ ਸੋ ਲਾਈਕ ਕਿ ਬਹੁਤ ਹੱਸ ਹੱਸ ਕੇ ਗੱਲਾਂ ਕਰ ਰਹੇ ਸੀ ਮੇਰੇ ਨਾਲ ਕਿ ਲਾਈਕ ਇਹ ਕਿੰਨੇ ਦਾ ਆਇਆ, ਕਿੱਥੋਂ ਲਿਆਂਦਾ, ਅਤੇ ਇਹਦੇ 'ਚ ਆਪਣਾ ਕਿੰਨੇ ਵਾਟ ਦੀ ਬੈਟਰੀ ਆ, ਕਿੰਨਾ ਚਿਰ ਚੱਲਦਾ ਆ, ਬਹੁਤ ਸਾਰੀਆਂ ਗੱਲਾਂ ਸੀਗੀਆਂ। ਔਰ ਸਾਰੇ ਜਣੇ ਬਹੁਤ ਹੀ ਜ਼ਿਆਦਾ ਇਸ ਸਕੂਟਰ ਨੂੰ ਲੈ ਕੇ ਐਕਸਾਈਟਡ ਸੀਗੇ, ਔਰ ਇੰਨੀ ਗੱਲ ਕਦੀ ਮੇਰੇ ਨਾਲ ਕਿਸੇ ਨੇ ਉੱਦਾਂ ਕੀਤੀ ਨਹੀਂ ਹੋਣੀ ਜਿੰਨੀ ਇਹਨੂੰ ਜਦੋਂ ਮੈਂ ਰੋਡ 'ਤੇ ਲੈ ਕੇ ਜਾਂਦਾ ਤਾਂ ਜਿੰਨੇ ਜ਼ਿਆਦਾ ਲੋਕ ਮੈਨੂੰ ਪੁੱਛਦੇ ਨੇ। ਔਰ ਟੂ ਬੀ ਵੈਰੀ ਫਰੈਂਕ, ਮੈਨੂੰ ਇਸ ਵੀਡੀਓ ਦਾ ਜਿਹੜਾ ਮੇਰਾ ਟਾਈਟਲ ਹੋਊਗਾ ਉਹ ਇਹੋ ਹੀ ਹੈ ਕਿ ਵੀ ਇਹ ਹਾਰਲੇ ਡੇਵਿਡਸਨ ਨਾਲੋਂ ਬੈਟਰ ਆਪਸ਼ਨ ਹੈ। ਜਿਹਦੇ ਕੋਲ ਇੰਨੇ ਪੈਸੇ ਨਹੀਂ ਆ ਹਾਰਲੇ ਡੇਵਿਡਸਨ ਦੇ ਲਈ, ਉਹ ਸਿਰਫ ਔਰ ਸਿਰਫ 700-800 pounds ਦੇ ਵਿੱਚ ਇਹ ਲੈ ਸਕਦਾ ਆ। ਔਰ ਇਹਨੂੰ ਨਾਲੇ ਪਹਿਲੀ ਗੱਲ ਇਹ ਕਿ ਵੀ ਇਹ ਇਲੈਕਟ੍ਰਿਕ ਆ ਔਰ ਗ੍ਰੀਨ ਐਨਰਜੀ ਹੈ, ਸੋ ਜਸਟ ਚਾਰਜ ਔਰ ਡਰਾਈਵ 'ਤੇ ਕੋਈ ਖਰਚਾ ਨਹੀਂ ਹੈ। ਔਰ ਯੈਸ, ਇਹ ਸੀਗਾ ਅੱਜ ਦਾ ਸਾਰਾ ਵਲੋਗ, ਔਰ ਇਹਦੇ ਵਿੱਚ ਆਪਾਂ ਕੁਛ ਖਾਸ ਟੈਕਨੀਕਲ ਗੱਲਾਂ ਮੈਂ ਕਰ ਨਹੀਂ ਸਕਦਾ ਕਿਉਂਕਿ ਮੈਨੂੰ ਇੰਨੀ ਟੈਕਨੈਲਿਟੀ ਇਹਦੀ ਨਹੀਂ ਪਤਾ। ਔਰ ਬੈਟਰੀ ਸਾਈਜ਼ ਜਿਹੜਾ ਆ ਉਹ ਇਹਦਾ ਬਹੁਤ ਵਧੀਆ ਆ, ਲਾਈਕ ਈਜ਼ੀ ਟੂ ਯੂਜ਼ ਆ, ਔਰ ਆਈ ਥਿੰਕ ਜਿਹਨੇ ਇਲੈਕਟ੍ਰਿਕ ਸਕੂਟਰ ਨਹੀਂ ਕਦੀ ਚਲਾਇਆ ਉਹਨੂੰ ਇਹ ਲੈਣਾ ਚਾਹੀਦਾ ਆ, ਕਾਫੀ ਵਧੀਆ ਆ ਐਜ਼ ਪਰ ਮੀ, ਬਹੁਤ ਵਧੀਆ ਲੱਗਾ ਮੈਨੂੰ।